ਮੈਨੂੰ ਇਹਨਾਂ ਦੇ ਵਿੱਚ ਕਲਾਕਾਰ ਦੀ ਝਲਕ ਆਉਂਦੀ ਹੈ ਔਰ ਕਦੀ ਕਦੀ ਮੈਨੂੰ ਇੱਕ ਪੁਆਇੰਟ ਲੱਗਣ ਲੱਗ ਪੈਂਦੇ ਆ। ਅੱਜ ਕਹਿ ਰਹੇ ਸੀਗੇ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ, ਕਹਿੰਦੇ ਜਿਹੜੀ 20 ਮਿੰਟ ਕਹਿੰਦੇ ਰਾਹੁਲ ਗਾਂਧੀ ਜਿੱਥੇ ਮੱਥਾ ਮਾਰਦਾ ਰਹਿੰਦਾ ਕਹਿੰਦਾ ਮੈਂ 2 ਮਿੰਟ ਦੀ ਕਵਿਤਾ ਲੈ ਰਹਿਣ ਕਹਿੰਦੇ ਪੂਰਾ ਕਰ ਦਿੰਦਾ। ਸੋ ਦਿਸ ਇਜ਼ ਵਟ ਇਜ਼ ਲੇਟੈਸਟ ਸਪੀਚ ਇਨ ਪਾਰਲੀਮੈਂਟ ਜਿਹੜੀ ਵਾਇਰਲ ਹੋਈ ਆ, ਜਿਹੜਾ ਰੋਬਰਟ ਜੀਪੀ ਗੱਲ ਕਰ ਰਹੇ ਆ ਔਰ ਉਹਦਾ ਮੈਨੂੰ ਇੱਕੋ ਹੀ ਵਰਡ ਯਾਦ ਆ, ਮੈਂ ਪਿਛਲੀ ਮੀਟਿੰਗ 'ਚ ਵੀ ਸਾਡੀ 'ਚ ਬੋਲ ਕੇ ਆਇਆ ਕਿ ਇਹਨਾਂ ਨੇ ਕਿਹਾ ਵੀ ਮੈਡਮ ਗਿਣਤੀ ਮਤ ਬਜਾਣਾ ਲੈ ਟੁੱਟ ਜਾਂਦੀ ਹੈ, ਜਾ ਕੇ ਅੱਜ ਜਿਹੜੀ ਉਹ ਇਹਨਾਂ ਦੀ ਜਿਹੜੀ ਬਹੁਤ ਜ਼ਰੂਰ ਤੁਸੀਂ ਦੇਖੀਓ। ਜਾਂ ਇਹਨਾਂ ਨੂੰ ਅਸੀਂ ਰਿਕੁਐਸਟ ਕਰਾਂਗੇ ਕਿ ਇਹ ਪਿੱਛੇ ਤਾਂ ਸੁਣਾ ਕੇ ਆਇਆ, ਸਾਨੂੰ ਇੱਥੇ ਲਿਖਣਾ ਸੁਣਾ ਦਿੰਦਾ। ਔਰ ਮੈਂਬਰ ਪਾਰਲੀਮੈਂਟ ਤਾਂ ਰਹੀ ਹੈ ਐਂਡ ਹੀ ਵਾਸ ਟੈਲਿੰਗ ਮੀ ਕਿ ਕੱਲ ਇਹਨਾਂ ਨੇ ਇਹਨਾਂ ਦੀ ਫਲਾਈਟ ਹੈਗੀ ਆ ਫਰੋਮ ਅੰਮ੍ਰਿਤਸਰ, ਹੀ ਇਜ਼ ਗੋਇੰਗ ਟੂ ਅਟੈਂਡ ਅ ਮੀਟਿੰਗ ਇਨ ਚੇਨਈ। ਸੋ ਤੁਸੀਂ ਦੇਖੋ ਕਿ ਵੀ ਲਾਈਫ ਕਿੰਨੀ ਇਹਨਾਂ ਦੀ ਹੈਕਟਿਕ ਹੈ। ਸੋ ਹੀ ਇਜ਼ ਅ ਮੈਂਬਰ ਆਫ ਦਾ ਸਟੈਂਡਿੰਗ ਕਮੇਟੀ ਔਨ ਪਬਲਿਕ ਗ੍ਰੀਵੈਂਸਿਸ ਐਂਡ ਪਰਸੋਨਲ ਲਾਅ ਐਂਡ ਜਸਟਿਸ। ਕਿ ਇਹਦੀ ਜਿਹੜੀ ਡਿਟੇਲ ਮੈਨੂੰ ਇਹਨਾਂ ਨੇ ਸਮਝਾਈ ਕਿ ਜਿਹੜਾ ਹੁਣ ਇੱਕ ਮੁੱਦਾ ਚੱਲ ਰਿਹਾ ਕਿ ਸਾਰੀ ਕੰਟਰੀ ਦੇ ਵਿੱਚ ਜਿਹੜੀਆਂ ਐਮ ਪੀ ਔਰ ਐਮ ਐਲ ਏ ਦੀਆਂ ਇਲੈਕਸ਼ਨਸ ਇਕੱਠੀਆਂ ਕਰਵਾਈਆਂ ਜਾਣ। ਸੋ ਦਿਸ ਇਜ਼ ਦਿਸ ਕਮੇਟੀ ਵਿੱਚ ਵਿੱਚ ਵਿਲ ਗਿਵ ਫੀਡਬੈਕ ਕਿ ਇਹ ਹੋਣੀਆਂ ਚਾਹੀਦੀਆਂ ਕਿ ਨਹੀਂ ਹੋਣੀਆਂ ਚਾਹੀਦੀਆਂ, ਪੋਸੀਬਲੀ ਨਹੀਂ ਹੋਣੀਆਂ ਚਾਹੀਦੀਆਂ, ਵਟ ਐਵਰ ਆਈ ਕੁਡ ਐਕਸਪੈਕਟ ਫਰੋਮ ਹਿਮ, ਉਹ ਇਹਨਾਂ ਦੀ ਰਿਪੋਰਟ ਜਾਏਗੀ। ਸੋ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕਮੇਟੀ ਅਕੋਰਡਿੰਗ ਟੂ ਹਿਮ। ਸੋ ਹੀ ਇਜ਼ ਵੈਰੀ ਵਿੱਟੀ। ਮੇਰੀ ਰਾਮਾ ਮੰਡੀ ਦੇ ਵਿੱਚ ਇੱਕ ਰੈਲੀ ਨੂੰ ਹੀ ਵਾਜ਼ ਐਡਰੈਸਿੰਗ ਤਾਂ ਆਮ ਰੋਜ਼ ਦੀਆਂ ਗੱਲਾਂ ਦੇ ਵਿੱਚੋਂ ਗੱਲਾਂ ਲੱਭਣੀਆਂ ਇਹਨਾਂ ਦਾ, ਹੀ ਇਜ਼ ਦਾ ਆਰਟ ਆਫ ਦੈਟ। ਮੈਂ ਦੇਖਿਆ ਕਿ ਬਈ ਲੀਡਰ ਜਿਹੜੇ ਉਹ ਆਪਣੀ ਭਾਸ਼ਣ ਆਪਣਾ ਲੈ ਕੇ ਜਾਂਦਾ, ਸੋ ਇਟ ਵਾਜ਼ ਐਵਰੀਥਿੰਗ ਵਾਜ਼ ਸਪੋਂਟੇਨੀਅਸ। ਅਤੇ ਲੈਕਚਰ ਦੇ ਰਹੇ ਸੀਗੇ ਰਾਮਾ ਮੰਡੀ ਦੀ ਸਾਈਡ ਦੇ ਉੱਤੇ, ਅਸੀਂ ਸਟੇਜ ਲਗਾਈ ਹੋਈ ਸੀਗੀ ਅਤੇ ਕਿਸਾਨਾਂ ਦੀਆਂ ਗੱਲਾਂ ਕਰ ਰਹੇ ਸੀਗੇ। ਰਾਮਾ ਮੰਡੀ ਜਿਹੜਾ ਥੋੜ੍ਹਾ ਰੂਰਲ ਏਰੀਆ ਸੀਗਾ ਤਾਂ ਇਹਨਾਂ ਨੂੰ ਭਾਸ਼ਣ ਦਿੰਦਿਆਂ ਦਿੰਦਿਆਂ ਇੱਕ ਟਰਾਲੀ, 2 ਟਰਾਲੀਆਂ ਆਈਆਂ ਗੰਨਿਆਂ ਨਾਲ ਭਰੀਆਂ ਆ। ਤਾਂ ਇਹ ਕਹਿ ਰਹੇ ਸੀਗੇ ਕਿ ਵੀ ਕਿਸਾਨਾਂ ਨੂੰ ਪੈਸੇ ਨਹੀਂ ਮਿਲ ਰਹੇ, ਤਾਂ ਉਹ ਜਿਹੜੀਆਂ ਟਰਾਲੀਆਂ ਆ ਰੋਡ ਦੇ ਉੱਤੇ ਖੜੀਆਂ ਹੋ ਗਈਆਂ। ਤਾਂ ਇਹ ਬੋਲਦੇ ਬੋਲਦੇ ਕਹਿੰਦੇ ਕਿੱਦਾਂ ਬਈ ਧੂਰੀ ਚੱਲੇ ਆ? ਕਹਿੰਦੇ ਹਾਂਜੀ ਧੂਰੀ ਚੱਲੇ। ਕਹਿੰਦਾ ਪਿਛਲੇ ਸਾਲ ਦੇ ਪੈਸੇ ਮਿਲ ਗਏ? ਨਹੀਂ ਮਿਲੇ। ਉਹ ਕਹਿੰਦੇ ਨਹੀਂ ਜੀ ਮਿਲੇ ਪਿਛਲੇ ਸਾਲ ਦੇ। ਸੋ ਦਿਸ ਇਜ਼ ਦ ਟੈਲੈਂਟ ਦਿਸ ਪਰਸਨ ਹੈਜ਼ ਗੋਟ। ਮੈਂ ਇੱਕ ਗੱਲ ਹੋਰ ਵੀ ਸ਼ੇਅਰ ਕਰ ਰਿਹਾ ਸੀਗਾ ਕਿ ਡਾਕਟਰਸ ਚਾਹੇ ਪੋਲੀਟੀਸ਼ਨ ਹੋਣ ਚਾਹੇ ਕੁਛ ਵੀ ਹੋਣ, ਜਦੋਂ ਸਾਡੇ ਕੋਲ ਪੇਸ਼ੈਂਟਸ ਆਉਂਦੇ ਆ ਦੇ ਫੋਰਗੈਟ ਦੈਟ ਹੀ ਇਜ਼ ਫਰੋਮ ਆਮ ਆਦਮੀ ਪਾਰਟੀ, ਹੀ ਇਜ਼ ਫਰੋਮ ਕਾਂਗਰਸ, ਉਹ ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਸ਼ੇਅਰ ਕਰ ਲੈਂਦੇ ਆ। ਤਾਂ ਮੇਰੇ ਕੋਲ ਇੱਕ ਬਿਜ਼ਨਸਮੈਨ, ਬਿਜ਼ਨਸ ਕਮਿਊਨਿਟੀ ਮੋਸਟਲੀ ਬੀਜੇਪੀ ਨੂੰ ਬਿਲੋਂਗ ਕਰਦੀ ਆ, ਸਾਡੇ ਸਿਟੀ ਦਾ ਇੰਟੀਰੀਅਰ ਦਾ ਬਿਜ਼ਨਸਮੈਨ ਆਇਆ, ਕਹਿੰਦਾ ਜੀ ਮੇਰਾ ਜਿਹੜਾ ਰਿਸ਼ਤੇਦਾਰ ਹੈ ਹੀ ਇਜ਼ ਅ ਮੈਂਬਰ ਪਾਰਲੀਮੈਂਟ ਫਰੋਮ ਬੀਜੇਪੀ। ਉਹ ਕਹਿੰਦਾ ਕਿ ਪੰਜਾਬ ਨੂੰ ਜਦੋਂ ਦਾ ਪੰਜਾਬ ਸੂਬਾ ਬਣਿਆ ਸਾਨੂੰ ਇਹ ਲੱਗਦਾ ਕਿ ਪੰਜਾਬ ਦੀ ਆਵਾਜ਼ ਚੁੱਕਣ ਵਾਲਾ ਬੰਦਾ ਹੀ ਮੈਂਬਰ ਪਾਰਲੀਮੈਂਟ ਪਹਿਲਾਂ ਮਿਲਿਆ। ਹੂ ਇਜ਼ ਟਾਕਿੰਗ ਆਫ ਪੰਜਾਬ ਐਂਡ ਹੂ ਇਜ਼ ਟਾਕਿੰਗ ਦੈਟ ਕਿ ਵਿਧਾਨ ਸਭਾ ਦਾ ਜਿਹੜਾ ਸਾਡਾ ਸੈਸ਼ਨ ਹੈ ਪੰਜਾਬ ਦੇ ਵਿੱਚ ਵੀ, ਇਹ ਵੀ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਸਾ, ਤਾਂ ਕਿ ਸਾਨੂੰ ਲੋਕਾਂ ਨੂੰ ਪਤਾ ਲੱਗੇ ਕਿ ਜਿਹੜਾ ਅਸੀਂ ਆਪਣਾ ਨੋਮੀਨੀ ਜਾਂ ਜਿਹੜਾ ਕੈਂਡੀਡੇਟ ਦਿੱਤਾ ਆ ਉਹ ਸਾਡੇ ਹੱਕਾਂ ਲਈ ਆਵਾਜ਼ ਚੱਕਦਾ ਕਿ ਨਹੀਂ ਚੱਕਦਾ। ਜੇ ਲੋਕ ਸਭਾ ਦੇ ਵਿੱਚ ਇੱਦਾਂ ਹੋ ਸਕਦਾ ਤਾਂ ਵਿਧਾਨ ਸਭਾ 'ਚ ਵੀ ਇੱਦਾਂ ਦਾ ਗੱਲ ਹੋ ਸਕਦੀ ਹੈ। ਸੋ ਹੀ ਬਿਲੋਂਗਸ ਟੂ ਅ ਵੈਰੀ ਹੰਬਲ ਫੈਮਿਲੀ, ਹੀ ਇਜ਼ ਦਾ ਯੰਗੈਸਟ ਐਮ ਪੀ। ਇਹ ਹੁਣ ਆਪ ਦੱਸੂਗੇ ਵੀ ਯੰਗੈਸਟ ਐਮ ਪੀ ਕਿਉਂ ਆ, ਮੈਂ ਇਹਨਾਂ ਨੂੰ ਯੰਗੈਸਟ ਐਮ ਪੀ ਕਹਿੰਦਾ ਹਾਂ। ਸੋ ਐਕਸਪਲੇਨ ਇਹ ਕਰਕੇ, ਸੋ ਨਾਓ ਆਈ ਇਨਵਾਈਟ ਹਿਮ ਟੂ ਦ ਡਾਇਸ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਰੋਟਰੀ ਕਲੱਬ ਦੇ ਜਲੰਧਰ ਦੇ ਜਿੰਨੇ ਵੀ ਅਹੁਦੇਦਾਰ ਸਾਹਿਬਾਨ ਨਿਊਲੀ ਅਪੁਆਇੰਟਡ ਔਰ ਜਿਨ੍ਹਾਂ ਨੇ ਜ਼ਿੰਮੇਵਾਰੀਆਂ ਨਿਭਾਤੀਆਂ, ਜਿਹੜੇ ਕਿ ਨੈਕਸਟ ਜਨਰੇਸ਼ਨ ਨੂੰ ਆਪਣੀ ਜ਼ਿੰਮੇਵਾਰੀ ਜਿਹੜੀ ਹੈ, ਆਪਣੀ ਬੈਲਟ ਜਿਹੜੀ ਹੈ ਉਹ ਦੇ ਕੇ ਗਏ ਨੇ। ਇਟਸ ਨੋਟ ਅ ਫਸਟ ਫੰਕਸ਼ਨ ਫੋਰ ਮੀ ਆਫ ਰੋਟਰੀ, ਸਿੰਸ ਆਈ ਵਾਜ਼ ਐਨ ਆਰਟਿਸਟ
I was doing my job as an artist, as a comedian, as a stylist, as a social critic. बहुत सारे फंक्शन अटेंड किए मैं रोटरी ने थ्रू आउट पंजाब थ्रू आउट द कंट्री. सब तो पहले तो मैं शुरू होया रोटरी क्लब सुनाम जिथे मैं पढ़ता सी. मेरी कॉलेजिंग उतों हुई है प्लस वन शहीद उधम सिंह गवर्नमेंट कॉलेज सुनाम. साढ़े रोटरी क्लब है सुनाम के. फिर तो मैं बहुत सारे रोटरी क्लब के फंक्शन किए. तुम भी बहुत सारे मेरे ख्याल से ऑडियंस के बैठे हो गए जो मैं देख रहा कि स्क्रीन पर तुम अपने प्रोजेक्ट दस रहे थे कि पिछले साल की किया. जे मैं एम पी ना हों तो शायद मेरा स्क्रीन पर मेरी फोटो आँगी मैं मिस कर रहा सी. पर अज मैं शायद तुम चीफ गेस्ट बना के इतने नैक्सट ईयर जो तो स्क्रीन पर लगोंगे तो तुम भी दसोंगे कि भगवंत मान साढ़े को भी आया से. इट इज़ नॉट ए पोलिटिकल स्टेज सो मैं पोलिटिकल नहीं बोलूँगा कुछ भी. राजनीति बात करा क्योंकि रोटरी इज़ ए एन जी ओ. रोटरी इज़ ए नॉन पोलिटिकल मंच. सो मैं आई एप्रीशिएट के रोटरी जी है वो बहुत अच्छे अच्छे समाजिक काम करती है. अपने लिए हरेक जिंदा किसी लिए जीना बहुत मुश्किल है. दूजे के घर लगी अग लोहड़ी लगती है जो उ अग अपने घर आती है उदों सेक लगता है. बेहतर यही होगा कि जो दूजे के घर अग लगी है तो उन्होंने लोहड़ी मनण की बजाय बाल्टियां पानी दियां भर के उन्हों बुझाने की कोशिश करिए कि वह अग अपने घर तक ना पहुँचे. जे अज किसी के घर के ड्रग रिलेटड बच्चा नहीं है अज किसी के घर के बेरोजगार नहीं है अज कोई घर महंगाई तो पीड़ित नहीं है वैल ऑफ है तो यह मतलब यह नहीं है कि सारे ही इदा ने. उठो बाहर निकलो इन चीज़ा जिहड़ियां समाज दीआं ईवल्स ने सोशल ईवल्स ने उन्होंने खत्म करो ताकि वह तुहाडे घर तक ना पहुँच सकन. सुरजीत पात्र जी का एक बड़ा वधिया शेर है कि बज्जी जे तेरे कलेजे अजे छुरी नहीं है. लगी जे तेरे कलेजे अजे छुरी नहीं है ये ना समझी कि शहर की हालत बुरी नहीं है. सो जिन्ना चिर तुहाडे खंजर नहीं बजता उन्ना चिर शायद थानू लगता नहीं कि अमन कानून की हालत खराब होगी. सो जे लोगों की खराब है तो उन्होंने ठीक करना है. सो रोटरी का जो मोटिव है ये बहुत 113 साल हो गए प्रधान जी प्रोफेसर सर सोना जी अज प्रधान बने. मैं मुबारकबाद देना चाहूँगा 113 साल तो यह जोड़ा एन जी ओ का काम चल रहा है. और बड़ी अच्छी गल है वेल ऑफ फैमिलीज़ ने शायद तुहानू जे तुसीं अपनी निजी जिंदगी बतीत करनी हो मेरे ख्याल से नहीं तुहानू इत्थे आउण दी लोड़ पैनी चाहीदी सी. 11:30 आपां अज रात नूं बैठे हाँ तो इहदे च कुछ तुसीं कोई चेयरमैन नहीं आ जां कोई अखबारां च फोटो छपाउण वास्ते नहीं आए. तुहाडे दिल दे विच सोशल जिहड़े सोशल वर्क दी इक जज्बा है उहदे वास्ते तुसीं इत्थे बैठे हो. सो मैं रोटरी के बहुत सारे फंक्शन अटेंड किए एज एन एंटरटेनर आलसो हूँ एज एन पोलिटिशियन. तो जिस तरह गल चली कि लोकसभा दे विच मेरी ड्यूटी लगी है संगरूर तो सो आई एम डूइंग माय ड्यूटीज. ये मेरा फर्ज है कोई आसान नहीं. मैं आई एम नॉट डूइंग एनी काइंड ऑफ एक्सट्राऑर्डिनरी थिंग्स. आई एम डूइंग माय नॉर्मल जॉब बट वो एक्सट्राऑर्डिनरी तां लग रही है क्योंकि मेरे तो पहला बड़िया ने इन्ना ज़्यादा घट काम किया हो कि मेरा थोड़ा जहा भी ज़्यादा लगी जाता. देयर इज अ चांस ऑफ इंप्रूवमेंट. मैनू भी अजे होर करना पवेगा. तां ज़्यादा लग रहा है क्योंकि पहला कोई नहीं बोलिया. पहला वाली लाइन इन्नी छोटी सी कि मेरे वाली छोटी जी लाइन ही वड्डी लगी जाती. हर फील्ड के दो किस्म के लोग होंगे ने
ग्रासरूटर्स एंड पैराशूटर्स, चाहे फिल्म लाइन देख लो, चाहे पॉलिटिक्स देख लो, चाहे वो बिजनेस लाइन देख लो, बट फर्क सिर्फ है ना, ग्रासरूटर्स कैन गो अप ओनली एंड पैराशूटर्स कैन गो डाउन ओनली। दुनिया की कोई भी पैराशूट बंदे नूं थले नहीं ते उपर नहीं लेके जाती, थले लेके आती जब उन्होंने आमा का हाथ उस पैराशूट तो उठ जाता है, वो सेफली लैंड कर जाते हैं। पैराशूट इज फॉर लैंडिंग ओनली। ग्रासरूटर्स को नथिंग टू लूज, ग्रासरूटर्स को खुला समान पे जितने मर्जी जाओ। सो आई कैन सी ग्रासरूटर्स, ਤੁਸੀਂ ਬਹੁਤ ਥੱਲੋਂ ਆਏ ਹੋਏ ਲੋਕ ਹੋ, ਇਸੇ ਲਈ ਥੱਲੇ ਵਾਲੇ ਲੋਕਾਂ ਦਾ ਦਰਦ ਤੁਸੀਂ ਜਾਣ ਸਕਦੇ ਹੋ। ਹੈਲੀਕਾਪਟਰ ਦੇ ਵਿੱਚ ਜਿਹੜੇ ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਂਦੇ ਨੇ, ਉਹਨਾਂ ਨੂੰ ਨਹੀਂ ਪਤਾ ਲੱਗ ਸਕਦਾ ਕਿ ਥੱਲੇ ਹਾਲਾਤ ਕੀ ਨੇ। ਹੈਲੀਕਾਪਟਰ 'ਚੋਂ ਗਰੀਬ ਦੇ ਚੁੱਲ੍ਹੇ ਦੀ ਅੱਗ ਨਜ਼ਰ ਨਹੀਂ ਆ ਸਕਦੀ ਕਿ ਬੁਝ ਗਈ ਜਾਂ ਮੱਚਦੀ ਹੈ, ਉਹ ਤਾਂ ਥੱਲੇ ਜਾਣਾ ਪਊਗਾ, ਉਹ ਤਾਂ ਉਹਨਾਂ ਦੇ ਨਾਲ ਮਿਲ ਕੇ ਗੱਲ ਕਰਨੀ ਪਊਗੀ। ਸੋ ਮੈਨੂੰ ਤੁਸੀਂ ਇੱਕ ਮੌਕਾ ਦਿੱਤਾ, ਮੈਂ ਤਾਂ ਇਹੀ ਕਹੂੰਗਾ ਬੀਂਗ ਏ ਪਬਲਿਕ ਰੀਪ੍ਰੈਜੈਂਟੇਟਿਵ। ਦੇਖੋ 543 ਲੋਕ ਚੁਣੇ ਜਾਂਦੇ ਨੇ 150 crore ਦੀ ਕੰਟਰੀ 'ਚੋਂ, ਆਮ ਵਨ ਆਫ ਦੈਮ, ਹਾਓ ਲੱਕੀ ਆਈ ਐਮ। 543 ਓਨਲੀ ਆਊਟ ਆਫ 150 crore ਉਹਨਾਂ ਨੇ ਮੈਨੂੰ ਚੁਣਿਆ, ਜਿਨ੍ਹਾਂ ਨੇ ਮੈਨੂੰ ਨਹੀਂ ਵੀ ਚੁਣਿਆ, ਜਿਨ੍ਹਾਂ ਨੇ ਮੇਰੇ ਖਿਲਾਫ਼ ਵੀ ਵੋਟ ਪਾਈ, ਮੈਂ ਉਹਨਾਂ ਨੂੰ ਵੀ ਰੀਪ੍ਰਜੈਂਟ ਕਰਦਾ। ਸੋ ਮੈਂ ਕਦੇ ਵੀ ਨਹੀਂ ਦੇਖਦਾ ਕਿ ਤੁਸੀਂ ਵੋਟ ਕਿਹਨੂੰ ਪਾਈ ਆ, ਵਟ ਐਵਰ। ਜੋ ਮੇਰੇ ਅਧਿਕਾਰ ਖੇਤਰ 'ਚ ਹੈ, ਮੈਂ ਉਹਨਾਂ ਨੂੰ ਸਾਈਨ ਕਰਦਾ। ਕਈ ਵਾਰੀ ਤੁਸੀਂ ਵੀਡੀਓਜ਼ ਦੇਖੀਆਂ ਹੋਈਆਂ ਕਿ ਗਲਫ ਕੰਟਰੀਜ਼ ਦੇ, ਖਾਸ ਤੌਰ 'ਤੇ ਕਿ ਸਾਊਦੀ ਅਰਬ, ਬਹਿਰੀਨ, ਮਸਕਟ, ਇੱਥੇ ਕੀ ਹੈ ਕਿ ਥੋੜ੍ਹਾ ਜਿਹਾ ਇਹਨਾਂ ਕੰਟਰੀਜ਼ ਦੇ ਕਾਨੂੰਨ ਬੜੇ ਸਖ਼ਤ ਨੇ। ਏਜੰਟ ਜਿਹੜੇ ਨੇ, ਮੈਂ ਜਲੰਧਰ ਦੇ ਵਿੱਚ ਖੜ੍ਹਾਂ, ਇਜ਼ ਅ ਹੱਬ ਆਫ ਟਰੈਵਲ ਏਜੰਟਸ, ਇਜ਼ ਅ ਕੈਪੀਟਲ ਆਫ ਟਰੈਵਲ ਏਜੰਟਸ। ਇੱਥੋਂ ਸੁਪਨੇ ਦਿਖਾ ਕੇ ਲੈ ਜਾਂਦੇ ਨੇ, ਉੱਥੇ ਜਾ ਕੇ ਪਾਸਪੋਰਟ ਖੋਹ ਲੈਂਦੇ ਨੇ। ਦੇ ਟ੍ਰੀਟ ਦੈਮ ਐਜ਼ ਅ ਸਲੇਵ, ਲਾਈਕ ਅ ਸਲੇਵ, ਗੁਲਾਮਾਂ ਵਾਂਗੂ ਉਹਨਾਂ ਨਾਲ ਵਿਹਾਰ ਕਰਦੇ ਨੇ। ਛਾਂਟੇ ਮਾਰ ਕੇ ਉਹਨਾਂ ਤੋਂ ਕੰਮ ਕਰਾਉਂਦੇ ਨੇ, ਤੁਸੀਂ ਕਿਤੇ ਵੀ ਜਾ ਸਕਦੇ, ਕੁਛ ਨਹੀਂ ਕਰ ਸਕਦੇ, ਤੁਹਾਨੂੰ ਭੁੱਖੇ ਰੱਖਾਂਗੇ, ਤੁਹਾਨੂੰ ਆਹ ਕਰਾਂਗੇ, ਵੋ ਕਰਾਂਗੇ। ਕੁਛ ਅਣਮਨੁੱਖੀ ਤਸ਼ੱਦਦ ਵੀ ਕਰਦੇ ਨੇ, ਇਨਹਿਊਮਨ ਬਿਹੇਵੀਅਰ ਉਹਨਾਂ ਨਾਲ ਹੁੰਦਾ। ਫਿਰ ਇਮੀਡੀਏਟਲੀ ਕਦੇ ਨਾ ਕਦੇ ਉਹਨਾਂ ਨੂੰ ਕੋਈ ਵੀਡੀਓ ਮਿਲ ਜਾਂਦੀ ਹੈ, ਜਾਂ ਉਹਨਾਂ ਨੂੰ ਕੋਈ ਫੋਨ ਮਿਲ ਜਾਂਦਾ, ਉਹ ਵਟਸਐਪ 'ਤੇ ਇੱਕ ਮੈਸੇਜ ਪਾ ਦਿੰਦੇ ਨੇ ਕਿ ਵੀਡੀਓ ਬਣਾਉਣ ਦਾ ਮੌਕਾ ਮਿਲ ਗਿਆ। ਉਹ ਵੀਡੀਓ ਮੈਸੇਜ 95% ਮੈਂ ਆਮ ਨਾਟ ਪ੍ਰੇਜ਼ਿੰਗ ਮਾਈ ਸੈਲਫ, ਮੈਂ ਕੋਈ ਆਪਣੀ ਤਾਰੀਫ ਨਹੀਂ ਕਰ ਰਿਹਾ, ਬਟ ਮੈਨੂੰ ਵੀ ਕਿਤੋਂ ਨਾ ਕਿਤੋਂ ਵੀਡੀਓ ਆਉਂਦੀ ਹੈ, ਕਿਸੇ ਮੇਰੇ ਦੋਸਤ ਮਿੱਤਰ ਤੋਂ ਜਾ ਕੇ, ਮੇਰੇ ਪਾਰਟੀ ਦੇ ਕਾਰਜਕਰਤਾ ਜਾਂ ਪਾਰਟੀ ਦੇ ਵਰਕਰ ਵੱਲੋਂ, ਕਿ ਸਰ ਇਹਦੀ ਹੈਲਪ ਕਰੋ। ਉਹਦੇ ਵਿੱਚ 95% ਕੀ ਕਹਿੰਦੇ ਆ, ਕੋਈ ਫਲੋਰ ਦਾ ਹੁੰਦਾ, ਕੋਈ ਗੁਰਦਾਸਪੁਰ ਦਾ, ਕੋਈ ਬਟਾਲੇ ਦਾ, ਕੋਈ ਜਲੰਧਰ ਦਾ, ਕੋਈ ਕਪੂਰਥਲੇ ਦਾ। ਉਹਦੇ ਵਿੱਚ ਕੀ ਕਹਿੰਦੇ ਹੁੰਦੇ ਆ, ਇਹ ਵੀਡੀਓ ਕਿਰਪਾ ਕਰਕੇ ਭਗਵੰਤ ਮਾਨ ਕੋਲ ਪਹੁੰਚਾ ਦਿਓ, ਸਾਡੀ ਜਾਨ ਬਚ ਜੂਗੀ। ਮੈਂ ਕੋਈ ਭਾਗਿਆ ਵਿਦਾਤਾ, ਮੈਂ ਕੋਈ ਉਹਨਾਂ ਦੀ ਕਿਸਮਤ ਲਿਖਣ ਵਾਲਾ ਜਾਂ ਜਾਨ ਬਚਾਉਣ ਵਾਲਾ ਨਹੀਂ ਹੈਗਾ, ਜਾਨ ਬਚਾਉਣ ਵਾਲਾ ਪਰਮਾਤਮਾ ਹੈ। ਬਟ ਉਹਨਾਂ ਨੂੰ ਇੱਕ ਯਕੀਨ ਹੈ, ਉਮੀਦ ਹੈ ਕਿ ਇੱਥੇ ਜਦੋਂ ਗੱਲ ਸੁਣੀ ਜਾਂਦੀ ਹੈ ਨਾ, ਜੇ ਕਿਤੇ ਭਗਵੰਤ ਮਾਨ ਕੋਲ ਵੀਡੀਓ ਪਹੁੰਚ ਗਈ, ਉਹਦੀ ਜਾਨ ਬਚ ਜੂਗੀ। ਔਰ ਮੈਂ ਥਾਊਜ਼ੰਡਸ, ਨੋਟ ਓਨਲੀ ਹੰਡਰਡਸ, ਥਾਊਜ਼ੰਡਸ, ਮੈਂ ਇਰਾਕ 'ਚੋਂ, ਮਸਕਟ 'ਚੋਂ, ਦੁਬਈ 'ਚੋਂ ਮੈਂ ਲੈ ਕੇ ਆਇਆ, ਮੈਂ ਉਹਨਾਂ ਦੀ ਜਾਨ ਬਚਾ ਕੇ ਲੈ ਕੇ ਆਇਆ। ਮੈਂ ਮੈਡਮ ਸੁਸ਼ਮਾ ਸਵਰਾਜ ਨੂੰ ਕਿਹਾ, ਮੈਡਮ ਜਿਹੜੀ ਮੈਂ ਰਿਕਮੈਂਡ ਕਰੂੰਗਾ, ਮੈਂ ਗਲਤ ਰਿਕਮੈਂਡੇਸ਼ਨ ਨਹੀਂ ਕਰਦਾ, ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਜੇਲ੍ਹ 'ਚ ਨੇ ਜਾਂ ਜਿਹਨਾਂ ਨੇ ਕੋਈ ਕ੍ਰਾਈਮ ਉਹਨਾਂ ਕਮਿਟ ਕਰ ਲਿਆ ਉਸ ਕੰਟਰੀ 'ਚ, ਉਹਨਾਂ ਨੂੰ ਮੈਂ ਨਹੀਂ ਲੈ ਕੇ ਸਕਦਾ। ਸੋਰੀ, ਆ ਕੰਟਰੀ ਜਿਹੜਾ ਦੂਜੀ ਕੰਟਰੀ ਦੇ ਲਾਅ ਦੇ ਵਿੱਚ ਇੰਟਰਫੇਅਰ ਨਹੀਂ ਕਰ ਸਕਦਾ। ਹਾਂ, ਜਿਹਨਾਂ ਕੋਲ ਪਾਸਪੋਰਟ ਖੋਲ੍ਹੇ ਜਾਂ ਵਟ ਐਵਰ, ਕਿ ਉਹ ਅੰਬੈਸੀ 'ਚ ਆ ਸਕਦੇ ਨੇ, ਤਾਂ ਉਹਨਾਂ ਨੂੰ ਅਸੀਂ ਐਮਰਜੈਂਸੀ ਕਾਰਡ ਬਣਾ ਕੇ ਲੈ ਕੇ ਆ ਸਕਦੇ। ਤਾਂ ਮੇਰਾ ਮਨਾ ਨਾ ਕਰੀ ਮੈਡਮ, ਅਤੇ ਪਾਰਲੀਮੈਂਟ ਦੇ ਵਿੱਚ ਜਿਹੜਾ MP ਬੋਲਦਾ, ਜਿਹੜਾ ਵੋਕਲ ਹੈ ਪਾਰਲੀਮੈਂਟ 'ਚ, ਉਹ ਤੋਂ ਡਰਦੀ ਹੁੰਦੀ ਹੈ ਗਵਰਨਮੈਂਟ। ਉਹ ਕਹਿੰਦੇ ਵੀ ਅਸੀਂ ਤੇਰੇ ਕੰਮ ਕਰੀ ਜਾਵਾਂਗੇ, ਤੂੰ ਸਾਡੇ ਬਾਰੇ ਬਸ ਬੋਲੀ ਨਾ। ਮੈਂ ਕਿਹਾ ਓਕੇ, ਮੈਂ ਬਿਲਕੁਲ ਨਹੀਂ ਬੋਲਦਾ, ਪਰ ਮੇਰਾ ਕੰਮ ਹੈ। ਮੈਂ ਪ੍ਰੇਜ਼ ਵੀ ਕੀਤਾ ਇੱਕ ਵਾਰੀ, ਕੀ ਹੋਇਆ ਕਿ ਮੈਡਮ ਸੁਸ਼ਮਾ ਸਵਰਾਜ ਕੋਈ ਟਰੈਵਲ ਏਜੰਟ ਬਾਰੇ
ਕੁਛ ਇਰਾਕ ਦੇ ਜਿਹੜੇ ਉਹ ਜਿਹੜੇ ਰਿਮੇਨਸ ਲੈ ਕੇ ਆਉਂਦੇ ਸੀ ਜਦੋਂ ਅੰਮ੍ਰਿਤਸਰ ਆਏ ਉਹਦੇ ਬਾਰੇ ਡਿਬੇਟ ਚੱਲ ਰਹੀ ਸੀ ਤਾਂ ਮੈਂ ਹੱਥ ਖੜਾ ਕਰਕੇ ਮੈਂ ਸਪੀਕਰ ਤੋਂ ਟਾਈਮ ਮੰਗਿਆ ਮੈਂ ਉਸ ਦੇਖ ਕਹਿੰਦੀ ਨਹੀਂ ਅਬ ਨਹੀਂ ਨਹੀਂ ਆਪਕੋ ਟਾਈਮ ਨਹੀਂ ਮਿਲਿਆ ਮੈਂ ਕਿਹਾ ਮੈਂ ਗਲਤ ਮਤ ਸਮਝੋ ਮੈਂ ਤਾਰੀਫ ਕਰਨੀ ਹੈ ਮੈਨੂੰ ਕਿਹਾ ਅੱਛਾ ਅੱਛਾ ਚਲੋ ਚਲੋ ਕਰੋ 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 ਤਾਰੀਫ ਕਰੋ ਮੈਂ ਕਿਹਾ ਜੀ ਮੈਮ 25 ਲੜਕੇ ਸਾਊਦੀ ਅਰਬ ਮੈਂ ਫਸੇ ਹੋਏ ਥੇ ਉਨਕੀ ਵੀਡੀਓ ਇੱਕ ਆਈ ਮੇਰੇ ਨਾਮ ਮੇਰਾ ਨਾਮ ਔਰ ਮੈਮ ਸੁਸ਼ਮਾ ਸਵਰਾਜ ਕਾ ਨਾਮ ਲੈ ਕਰ ਮੈਨੇ ਉਹ ਵੀਡੀਓ ਉਨ ਤੱਕ ਪਹੁੰਚਾਈ ਔਰ ਉਹ ਲੜਕੇ 10 ਦਿਨ ਮੈਂ ਪੰਜਾਬ ਆਪਣੇ ਘਰ ਮੈਂ ਵਾਪਸ ਆਏ ਔਰ ਮੈਨੇ ਵਹਾਂ ਯੇ ਵੀ ਕਹਾ ਵੀ ਆਰ ਨਾਟ ਕ੍ਰਿਟਿਕ ਬਾਈ ਹੈਬਿਟ ਵੀ ਪ੍ਰੇਜ ਆਲਸੋ ਬਟ ਇਫ ਯੂ ਡਿਜ਼ਰਵ ਇਟ ਵਿਰੋਧੀ ਪਾਰਟੀ ਦਾ ਕੰਮ ਆਪੋਜੀਸ਼ਨ ਦਾ ਕੰਮ ਹਰ ਵਕਤ ਨਿੰਦਾ ਕਰਨਾ ਨਹੀਂ ਹੁੰਦਾ अच्छे काम की तारीफ भी करेंगे अगर कच्चा काम करो इसका मतलब ये नहीं है कि हमने आदत भी बना ली उनकी निंदा करने की आलोचना करने की तो मैं पार्लियामेंट में जब जाता हूं मैं जब पार्लियामेंट जाना मैं लीडर बन के नहीं जाना मैं नेता बन के नहीं जाना मैं पब्लिक बन के जाना जो गुस्सा आपके दिल में है वही गुस्सा मैं अपने माइक के जरिए सरकार के कानून तक पहुंचाता हूं इससे लेकिन फॉर्मू लगता है यार आही गल मैं बोलनी चाहता सी जी भगवंत मान ने बोली पब्लिक पब्लिक।